ਸਤਿ ਸ੍ਰੀ ਅਕਾਲ ਜੀ, ਮੈਂ ਕਸ਼ਮੀਰ ਸਿੰਘ, ਪਿਤਾ ਜੀ ਦੇ ਨਾਮ ਮੇਜਰ ਸਿੰਘ, ਉਮਰ 35 ਸਾਲ, ਪਿੰਡ ਭਿੰਡਰ ਖੁਰਦ, ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹਾਂ ਅਤੇ ਮੈਂ ਸਲੂਨ ਦਾ ਕੰਮ ਸਿੱਖਿਆ ਸੀ, ਜਿਸ ਲਈ ਮੈਨੂੰ ਪੈਸੇ ਦੀ ਲੋੜ ਸੀ ਅਤੇ ਮੈਂ ਮੋਗਾ ਵਿਖੇ ਰੁਜ਼ਗਾਰ ਦਫ਼ਤਰ ਆਇਆ ਅਤੇ ਆਪਣਾ ਨਾਂ ਦਰਜ ਕਰਵਾਇਆ ਅਤੇ ਮੈਂ ਉੱਥੋਂ ਦੇ ਅਫਸਰਾਂ ਨੂੰ ਮਿਲਿਆ ਅਤੇ ਰੁਜ਼ਗਾਰ ਦਫ਼ਤਰ ਦੇ ਅਫਸਰਾਂ ਵੱਲੋਂ ਮੈਨੂੰ ਸਵੈ ਰੁਜ਼ਗਾਰ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮੈਨੂੰ SC ਕਾਰਪੋਰੇਸ਼ਨ ਦਫ਼ਤਰ ਵਿਖੇ ਭੇਜਿਆ ਗਿਆ, ਜਿੱਥੇ ਮੈਂ ਸ਼੍ਰੀ ਹੁਕਮਚੰਦ ਸਰ ਜੀ ਨੂੰ ਮਿਲਿਆ। ਜ਼ਿਲ੍ਹਾ ਮੈਨੇਜਰ ਹੁਕਮਚੰਦ ਜੀ ਸਰ ਜੀ ਨੇ ਮੈਨੂੰ 1.5 ਲੱਖ ਦਾ ਲੋਨ ਪਾਸ ਕਰਵਾ ਕੇ ਦਿੱਤਾ, ਜੋ ਕਿ ਮੈਨੂੰ ਮਿਲ ਚੁੱਕਾ ਹੈ ਅਤੇ ਮੇਰਾ ਸਲੂਨ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਇਸ ਲਈ ਮੈਂ ਰੁਜ਼ਗਾਰ ਦਫ਼ਤਰ ਅਤੇ SC ਕਾਰਪੋਰੇਸ਼ਨ ਦਫ਼ਤਰ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਬਦੌਲਤ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਿਆ ਹਾਂ ਅਤੇ ਮੇਰਾ ਵਧੀਆ ਕੰਮ ਚੱਲ ਰਿਹਾ ਹੈ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਜਿਨ੍ਹਾਂ ਨੇ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਹੈ ਉਹ ਇੱਕ ਵਾਰੀ ਮੋਗਾ ਵਿਖੇ ਰੁਜ਼ਗਾਰ ਦਫ਼ਤਰ ਆ ਕੇ ਜ਼ਰੂਰ ਮਿਲਣ। ਸਵੈ ਰੁਜ਼ਗਾਰ ਇੱਕ ਅਜਿਹਾ ਧੰਦਾ ਹੈ ਜਿਸ ਵਿੱਚ ਵਿਅਕਤੀ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਬਹੁਤ ਤਰੱਕੀਆਂ ਹਾਸਲ ਕਰ ਸਕਦਾ ਹੈ।